ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਸ਼ੋਅ ਬੜਾ ਟੈਕਨੀਕਲ ਹੈ, ਹਟ ਕੇ ਹੈ, ਟੈਕਨੀਕਲ ਔਰ ਹਟ ਕੇ ਇਸ ਕਰਕੇ ਕਿ ਬੱਚੇ ਜਿਹੜੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਸਪੈਸ਼ਲ, ਉਹਨਾਂ ਨੂੰ ਮਾਰਕੀਟ 'ਚ ਗੁੰਮਰਾਹ ਕੀਤਾ ਜਾਂਦਾ ਹੈ ਔਰ ਕੁਛ ਸੱਚਾਈਆਂ ਵੀ ਨੇ, ਕਿਉਂਕਿ ਉੱਧਰ ਬੱਚਿਆਂ ਨੂੰ ਕਈ ਵਾਰੀ ਜੋਬਸ ਨਹੀਂ ਮਿਲਦੀਆਂ। ਉਹਦੇ ਪਿੱਛੇ ਕਾਰਨ ਹੈ ਕਿ ਅਸੀਂ ਸਹੀ ਕਾਲਜ, ਸਹੀ ਕੋਰਸ ਨਹੀਂ ਲੈ ਕੇ ਜਾਂਦੇ, ਸਹੀ ਕੰਸਲਟੈਂਟਸ ਨਹੀਂ ਚੁਣਦੇ। ਸੋ ਨਿਊਜ਼ੀਲੈਂਡ ਵੀ ਇੱਕ ਐਸੀ ਡੈਸਟੀਨੇਸ਼ਨ ਹੈ ਜਿਹੜੀ ਆਪਣੇ ਆਪ ਦੇ ਵਿੱਚ, ਜਿਹਨੇ ਸਭ ਤੋਂ ਪਹਿਲਾਂ ਨਾਰਾ ਦਿੱਤਾ ਸੀ ਐਜੂਕੇਸ਼ਨ ਲਾਈਨ ਦੇ ਵਿੱਚ ਕਿ ਸਟੱਡੀ, ਵਰਕ ਐਂਡ ਸੈਟਲ, ਆਓ ਪੜ੍ਹੋ, ਕੰਮ ਕਰੋ ਅਤੇ ਪੱਕੇ ਹੋਵੋ। ਫਿਰ ਅੱਜ ਐਸੀ ਕਿਹੜੀ ਦਿੱਕਤ ਆ ਰਹੀ ਹੈ ਕਿ ਬੱਚੇ ਪੜ੍ਹਨ ਲਈ ਮਜਬੂਰ ਹੋ ਰਹੇ ਨੇ ਕਿ ਚੰਗਾ ਕਾਲਜ ਨਹੀਂ ਮਿਲ ਪਾ ਰਿਹਾ, ਮਜਬੂਰ ਹੋ ਰਹੇ ਨੇ ਕਿ ਕੰਮ ਨਹੀਂ ਮਿਲ ਪਾ ਰਿਹਾ, ਮਜਬੂਰ ਹੋ ਰਹੇ ਨੇ ਕਿ PR ਨਹੀਂ ਮਿਲ ਪਾ ਰਹੀ। ਉਹਨਾਂ ਦੀ ਪੋਲਿਸੀਜ਼ 'ਚ ਕੋਈ ਚੇਂਜਸ ਨਹੀਂ ਆਈਆਂ ਕਿ ਅਸੀਂ ਇੱਥੋਂ ਜਿਹੜੇ ਕੰਸਲਟੈਂਟ ਸੀ ਗਲਤ ਕਮਿਟਮੈਂਟ ਕਰਕੇ ਭੇਜ ਰਹੇ ਹਾਂ। ਸੋ ਨਿਊਜ਼ੀਲੈਂਡ ਤੁਹਾਡੇ ਲਈ ਇੱਕ ਸਵਰਗ ਵਰਗੀ ਡੈਸਟੀਨੇਸ਼ਨ ਹੈਗੀ ਹੈ। ਖੁਦ ਮੈਂ 2-3 ਵਾਰ ਵਿਜ਼ਿਟ ਕੀਤਾ, ਪਰ ਜ਼ਰੂਰਤ ਹੈ ਸਾਨੂੰ ਟੈਕਨੀਕਲ ਆਸਪੈਕਟ ਨੂੰ ਸਮਝਣ ਦੀ। ਸੋ ਅੱਜ ਜਿਹੜੇ ਮਹਿਮਾਨ ਸਾਡੇ ਨਾਲ, ਸੰਦੀਪ ਕੌਰ ਜੀ ਜੁੜੇ ਹੋਏ ਨੇ ਐਡੂ ਐਡਵਾਈਜ਼ਰ ਤੋਂ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਫੋਕਸ ਕੀਤਾ 10-12 ਸਾਲ ਤੋਂ ਨਿਊਜ਼ੀਲੈਂਡ ਦੇ ਉੱਪਰ ਔਰ ਸਪੈਸ਼ਲੀ ਸਾਰੇ ਕਾਲਜਸ ਔਰ ਯੂਨੀਵਰਸਿਟੀਆਂ ਦੇ ਨਾਲ ਟਾਈ ਅਪ ਕੀਤਾ, ਸਾਰਿਆਂ ਦੇ ਸਾਰੇ ਜਿਹੜੇ ਉਹਨਾਂ ਕੋਲ ਪ੍ਰੋਗਰਾਮਸ ਅਵੇਲੇਬਲ ਨੇ। ਜ਼ਰੂਰਤ ਹੈ ਇਸ ਵਕਤ ਸਾਨੂੰ ਅਵੇਅਰ ਹੋਣ ਦੀ ਕਿ ਨਿਊਜ਼ੀਲੈਂਡ ਜਾਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ, ਇਸੇ ਵਿਸ਼ੇ ਦੇ ਉੱਪਰ ਅੱਜ ਅਸੀਂ ਸ਼ੋਅ ਕਰਨ ਦੀ ਕੋਸ਼ਿਸ਼ ਕਰਾਂਗੇ। ਸੰਦੀਪ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਮੈਂ ਗੱਲ ਕਰੂੰਗਾ ਇਸ ਵਕਤ ਜਿਹੜੀ 2017 ਦੇ ਵਿੱਚ ਪਾਸ ਆਊਟ ਹੋਣਗੇ ਬੱਚੇ, ਚਾਹੇ ਉਹ ਗ੍ਰੈਜੂਏਟ ਨੇ, ਚਾਹੇ ਮਾਸਟਰ ਕਰ ਰਹੇ ਨੇ, ਚਾਹੇ +2 ਕਰ ਰਹੇ ਨੇ, ਉਹਨਾਂ ਲਈ ਇੱਕ ਸਭ ਤੋਂ ਵੱਡੀ ਦਿੱਕਤ ਦਾ ਕਾਰਨ ਜਦੋਂ ਨਿਊਜ਼ੀਲੈਂਡ ਬੱਚਾ ਜਾਂਦਾ, 2 ਚੀਜ਼ਾਂ ਤੋਂ ਡਰਦਾ। ਪਹਿਲੀ ਤਾਂ ਇੰਟਰਵਿਊ ਬਹੁਤ ਆਉਂਦੀ ਹੈ, ਦੂਜਾ ਪਹਿਲਾ ਸਟੈਪ ਜਿਹੜਾ ਕਾਰਨ ਬਣ ਜਾਂਦਾ ਕਿ 30 ਲੱਖ ਰੁਪਇਆ ਕੌਣ ਫੰਡ ਸ਼ੋਅ ਕਰੇਗਾ ਜੀ, ਜਾਂ 20 ਲੱਖ ਰੁਪਇਆ ਕੌਣ ਫੰਡ ਸ਼ੋਅ ਕਰੂਗਾ, 6 ਮਹੀਨੇ ਪੁਰਾਣੇ ਕੌਣ ਫੰਡ ਸ਼ੋਅ ਕਰੂਗਾ, ਫੰਡਾਂ ਕਰਕੇ ਰਿਜੈਕਸ਼ਨਸ ਆ ਗਈ ਸੀਗੀ। ਸੋ ਅੱਜ ਅਸੀਂ ਮਈ ਦੇ ਮਹੀਨੇ ਦੇ ਵਿੱਚ ਬੈਠੇ ਹਾਂ, ਜੇ ਅਸੀਂ ਗੱਲ ਕਰ ਲਈ ਕਿ ਹਲੇ ਰਿਜ਼ਲਟ ਜਿਹੜਾ ਹੈਗਾ ਜੂਨ ਤੱਕ, ਕਈਆਂ ਦਾ ਜੁਲਾਈ ਤੱਕ ਆਉਣਾ ਹੈ, 3 ਜਾਂ 4 ਮਹੀਨੇ ਤੱਕ ਕੀ ਪਲਾਨਿੰਗਾਂ ਕੀਤੀਆਂ ਜਾਣ ਤਾਂ ਕਿ ਅਸੀਂ ਫਾਈਨਾਂਸਰ ਤੋਂ ਬਚੀਏ, ਰਿਜੈਕਸ਼ਨਸ ਤੋਂ ਬਚੀਏ, ਸਹੀ ਕਾਲਜ ਔਰ ਸਹੀ ਕੋਰਸ ਤੱਕ ਜਾਈਏ। ਦੇਖੋ, ਅੱਜ ਅਗਰ ਅਸੀਂ ਮਈ 'ਚ ਬੈਠੇ ਹਾਂ ਤਾਂ ਪਹਿਲਾਂ ਮਈ ਮਹੀਨਾ ਸਟਾਰਟ ਹੋਇਆ, ਅੱਜ 2 ਮਈ ਹੈ। ਤੁਸੀਂ ਇਹ ਲੈ ਕੇ ਚੱਲੋ ਕਿ ਸਾਰਿਆਂ ਦੇ ਰਿਜ਼ਲਟ ਜਿਹੜੇ ਆਉਣੇ ਆ 20-25 ਦੇ ਲਾਸਟ ਵੀਕ ਆਫ ਮਈ 'ਚ ਆਉਣੇ ਦੇ, ਸਾਰੇ ਸਟੇਟ ਬੋਰਡ ਦੇ ਆਲਮੋਸਟ ਲਾਸਟ ਵੀਕ ਆਫ ਮਈ 'ਚ ਆਉਂਦੇ ਆ। ਇਹਦੇ ਵੀ ਤੁਸੀਂ ਇਹ ਲੈ ਕੇ ਚੱਲੋ ਕਿ ਤੁਹਾਡੇ ਕੋਲ ਇਹ ਮੰਥ ਪੂਰਾ ਹੋ ਗਿਆ, ਉਹਦੇ ਬਾਅਦ ਫਿਰ ਤੁਸੀਂ ਅਗਰ ਇੰਡੀਆ 'ਚ ਕੋਈ ਕੋਰਸਿਸ ਢੂੰਡਦੇ ਹੋ ਜਾਂ ਇੰਡੀਆ 'ਚ ਕਾਲਜਿਸ ਢੂੰਡਦੇ ਹੋ, ਤਾਂ ਉਹ ਤੁਹਾਡੇ ਫਿਰ ਉਹਨਾਂ ਦੀ ਐਡਮਿਸ਼ਨ 1 ਜੁਲਾਈ ਤੱਕ ਆਏਗੀ। ਅਗੇਨ ਤੁਸੀਂ ਤੁਹਾਡੇ ਕੋਲ 2-3 ਮਹੀਨੇ 4 ਮਹੀਨੇ ਤੋਂ ਆਪਣੇ ਆਪ ਹੀ ਚਲੇ ਜਾਂਦੇ ਆ। ਮੈਂ ਨਹੀਂ ਕਹਾਂਗੀ, ਕਿਸੇ ਨੇ ਵੀ ਅਗਰ ਅਬਰੋਡ ਕਿਸੇ ਵੀ ਕੰਟਰੀ ਵਾਸਤੇ ਤੁਸੀਂ ਅਪਲਾਈ ਕਰ ਰਹੇ ਹੋ, ਇੰਡੀਆ 'ਚ ਨਾਲ ਜ਼ਰੂਰ ਐਡਮਿਸ਼ਨ ਲੈ ਕੇ ਚੱਲੋ, ਬਿਕੋਜ਼ ਕਦੀ ਵੀ ਕਿਸੇ ਵੀ ਕੰਟਰੀ ਦਾ ਵੀਜ਼ਾ ਤੁਹਾਨੂੰ ਇਹ ਨਹੀਂ ਹੈ ਕਿ ਕੋਈ ਵੀ ਕੰਸਲਟੈਂਟ ਲਿਖ ਕੇ ਦੇ ਸਕਦਾ ਕਿ ਮੈਂ ਤੁਹਾਨੂੰ ਵੀਜ਼ਾ 100% ਸ਼ਿਓਰਟੀ ਦੇ ਦਾਂਗਾ। 100% ਸ਼ਿਓਰਟੀ ਤਾਂ ਕਦੀ ਵੀ ਨਹੀਂ ਹੁੰਦੀ। ਤੁਸੀਂ ਇੰਡੀਆ 'ਚ ਵੀ ਐਡਮਿਸ਼ਨ ਨਾਲ ਟਰਾਈ ਕਰਦੇ ਰਹੋ। ਬਟ ਅਗੇਨ ਗੱਲ ਉਹੀ ਆ ਗਈ ਕਿ ਤੁਹਾਡੇ ਜਿਹੜੇ 6 ਮਹੀਨੇ ਪੁਰਾਣੇ ਫੰਡਸ, ਤੁਸੀਂ ਜਦੋਂ 12th ਆਪਣੀ ਕੀਤੀ ਸੀ, ਜਦੋਂ ਤੁਸੀਂ 12th ਦੇ ਰਿਜ਼ਲਟ ਔਰ ਆਪਣੇ ਐਗਜ਼ਾਮ ਦਿੱਤੇ ਨੇ, ਉਦੋਂ ਹੀ ਤੁਸੀਂ ਕੁਛ ਨਾ ਕੁਛ ਆਪਣੀ ਪਲਾਨਿੰਗ ਕੀਤੀ ਹੋਣੀ ਹੈ ਕਿ ਅਸੀਂ ਦਿੱਲੀ ਯੂਨੀਵਰਸਿਟੀ ਐਡਮਿਸ਼ਨ ਲੈਣੀ ਹੈ, ਅਸੀਂ ਲਵਲੀ ਪ੍ਰੋਫੈਸ਼ਨਲ 'ਚ ਲੈਣੀ ਹੈ, ਜਾਂ ਅਸੀਂ IITM 'ਚ ਲੈਣੀ ਹੈ, ਜਾਂ ਅਸੀਂ ਕਿਤੇ ਜਾ ਕੇ ਐਡਮਿਸ਼ਨ ਲੈਣੀ ਆ। ਉਹ ਜਿਹੜੀ ਐਡਮਿਸ਼ਨ ਜਿਹੜੀ ਤੁਹਾਡੀ ਪਲਾਨਿੰਗ ਹੈ, ਉਹ ਤੁਸੀਂ ਉਸੇ ਟਾਈਮ ਸੋਚ ਕੇ, ਉਸੇ ਤਰ੍ਹਾਂ ਸੋਚ ਕੇ ਤੁਸੀਂ ਆਪਣੇ ਐਗਜ਼ਾਮ ਦਿੱਤੇ ਨੇ। ਔਰ ਇਹੀ ਚੀਜ਼ ਜਿਹੜੀ ਹੈ ਤੁਸੀਂ ਅੱਗੇ ਫਾਰਵਰਡ ਕਰ ਸਕਦੇ ਹੋ ਕਿ ਕੁਛ ਸਟੂਡੈਂਟ ਨੇ ਇਹ ਵੀ ਸੋਚਿਆ ਹੈ ਕਿ ਹਾਂ ਮੈਂ ਆਪਣੇ ਐਗਜ਼ਾਮ ਜਿਹੜੇ ਦੇ ਰਿਹਾ ਮੈਂ ਅਬਰੋਡ ਹੀ ਜਾਣਾ, ਕਿਉਂਕਿ ਜਿਨ੍ਹਾਂ ਨੇ ਅਬਰੋਡ ਜਾਣਾ ਉਹਨਾਂ ਨੇ ਪਹਿਲੇ ਹੀ ਪਲਾਨ ਕੀਤਾ। ਹਾਂ, ਤੇ ਇਹ ਵਾਲੇ ਜਿਹੜੇ 3 ਮਹੀਨੇ ਜਿਹੜੇ ਤੁਹਾਡੇ ਐਗਜ਼ਾਮ ਹੋਏ, ਉਹ ਤੁਹਾਡੇ ਹੋਏ ਮਾਰਚ 'ਚ, ਤੇ ਮਾਰਚ 'ਚ ਤੁਹਾਨੂੰ ਇਹ 3 ਮਹੀਨੇ ਖਰਾਬ ਕਰਨੇ ਹੀ ਨਹੀਂ ਚਾਹੀਦੇ। ਅਗਰ ਤੁਸੀਂ ਕੀਤੇ ਹੈ ਤਾਂ ਹੁਣ ਤੁਸੀਂ ਤਿਆਰੀ ਕਰੋ, ਤੇ ਅਗਰ ਤੁਸੀਂ ਹੁਣ ਤੱਕ 2-3 ਮਹੀਨੇ ਅਗਰ ਖਰਾਬ ਕਰ ਲਿਆ ਤਾਂ ਮਈ ਤੋਂ ਹੁਣ ਤੋਂ ਤਿਆਰੀ ਕਰੋ, ਕਿਉਂਕਿ ਤੁਹਾਡੇ ਕੋਲ ਤੁਹਾਡਾ ਜਿਹੜਾ ਇਨਟੇਕ ਮਿਲਣਾ, ਵੈਸੇ ਤੁਹਾਨੂੰ ਜੁਲਾਈ ਇਨਟੇਕ ਮਿਲਣਾ। ਅੱਛੀ ਯੂਨੀਵਰਸਿਟੀ, ਅੱਛੇ ਕਾਲਜਿਸ, ਜੁਲਾਈ, ਸਪਟੰਬਰ ਔਰ ਜਨਵਰੀ ਇਨਟੇਕ ਹੈਗਾ। ਤੁਹਾਡੇ ਕੋਲ ਐਂਪਲ ਆਫ ਟਾਈਮ ਹੈਗਾ ਤੁਹਾਡੀ ਐਪਲੀਕੇਸ਼ਨ ਤਿਆਰ ਕਰਨ ਦਾ, ਔਰ ਇਹ ਰਾਈਟ ਟਾਈਮ ਹੈਗਾ ਆਪਣੀ ਐਪਲੀਕੇਸ਼ਨ ਤਿਆਰ ਕਰਨ ਦਾ। ਤੋ ਹਿੱਸਿਆਂ 'ਚ ਇਹਨੂੰ ਵੰਡ ਲਈਏ। ਪਹਿਲਾ ਹਿੱਸਾ ਹੈਗਾ ਉਹਨਾਂ ਵਿਦਿਆਰਥੀਆਂ ਲਈ +2 ਔਰ BA ਵਾਲਿਆਂ ਲਈ। +2 ਜਿਹੜਾ ਬੱਚਾ ਹੈਗਾ ਉਹਦੇ ਲਈ ਫੰਡ ਕਿੰਨੇ ਔਰ ਜਿਹੜੇ ਹੈਗੇ ਆ ਕਿਵੇਂ ਦੇ ਅਸੀਂ ਸ਼ੋਅ ਕਰ ਸਕਦੇ ਹਾਂ? +2 ਦੇ ਬੱਚਿਆਂ ਨੂੰ ਸਾਰਿਆਂ ਨੂੰ 2 ਸਾਲ, ਅਗਰ ਅਸੀਂ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਉਹਨਾਂ ਨੂੰ 2 ਸਾਲ ਦਾ ਕੋਰਸ ਮਿਲੇਗਾ। ਫੰਡਸ ਹੋਈ, ਚਾਹੇ +2 ਹੋਏ, ਗ੍ਰੈਜੂਏਟ ਹੋਏ, ਮਾਸਟਰਸ ਹੋਏ, ਕੋਈ ਵੀ ਪ੍ਰੋਗਰਾਮ ਹੋਏ, ਫੰਡਸ ਤੁਹਾਡੇ 6 ਮਹੀਨੇ ਪੁਰਾਣੇ ਹੀ ਚਾਹੀਦੇ ਸਾਨੂੰ। 6 ਮਹੀਨੇ ਪੁਰਾਣੇ ਔਰ ਪੇਰੈਂਟਸ ਦੇ ਫੰਡਸ ਹੋਣ ਤਾਂ ਜ਼ਿਆਦਾ ਅੱਛੇ ਨੇ। ਇਹਦੇ ਵਿੱਚ ਤੁਸੀਂ ਉਹਨਾਂ ਦੇ GPF, PPF, ਐਜੂਕੇਸ਼ਨ ਲੋਨ, ਜਿਨ੍ਹਾਂ ਦੀ ਜੋਬ ਹੈ ਉਹਨਾਂ ਦੀ ਗੱਲ ਕਰ ਸਕਦੇ ਹਾਂ। ਉਹ ਤੁਸੀਂ ਐਜੂਕੇਸ਼ਨ ਲੋਨ ਵੀ ਕਰ ਸਕਦੇ ਹੋ, ਇਹ ਸਭ ਚੀਜ਼ਾਂ ਜਿਹੜੀਆਂ ਉਹ ਤੁਸੀਂ ਐਡ ਕਰ ਸਕਦੇ ਹੋ। ਉਹ ਉਹਨਾਂ 'ਤੇ ਕੋਈ
टाइम ड्यूरेशन नहीं होंगे जीपीएफ पीपीएफ कोई कई लोग पूछ कि किन्ने महीने पुराना होना चाहिए तो देर इज नो ड्यूरेशन जीपीएफ पीपीएफ तो सालों साल पुराने होंगे ने वो तो चलते आते हैं जॉब वाले च कोई दिक्कत नहीं है जी जो बिजनेसमैन है वो एजुकेशन लोन लै सकते हैं वो अपनी प्रॉपर्टी के अगेंस्ट एजुकेशन लोन लै सकते हैं या बहुत सारे होर भी तरीके ने एजुकेशन लोन अगर अगर थोड़ा पुराना बैंक के अकाउंट चल रहा तो तुम मैनेजर ना गल चार या पांच लाख छे लाख तक सिक्योरिटी के उत्ते गरंटी के उत्ते लोन मिल जाता है ਹੁਣ ਮੈਂ ਇਹਨੂੰ ਹਿੱਸਿਆਂ 'ਚ ਦੋਵਾਂ 'ਚ ਵੰਡਣਾ ਚਾਹੂੰਗਾ ਬਹੁਤ ਸਾਰੇ ਪਰਿਵਾਰਾਂ ਦੀ ਆਮਦਨ 20-25 ਲੱਖ ਰੁਪਇਆ ਸਾਲ ਦੀ ਹੈਗੀ ਹੈ ਜੀ ਫੰਡ ਅਲੱਗ ਚੀਜ਼ ਹੈ ਆਮਦਨ ਅੱਡ ਹੋਣਾ ਅੱਡ ਚੀਜ਼ ਹੈ ਜੀ ਪਰ ਉਹ ਬੈਂਕ ਦੇ ਵਿੱਚ ਇੱਕ ਨੰਬਰ ਪੈਸਾ 20-25 ਲੱਖ ਰੁਪਇਆ ਨਹੀਂ ਬੋਲਦਾ ਹੈਗਾ ਬਿਲਕੁਲ ਸੋ ਕਿਵੇਂ ਅਸੀਂ ਕਲੱਬ ਕਰ ਸਕਦੇ ਹਾਂ ਇਨਕਮ ਸੋਰਸ ਔਰ ਫੰਡਾਂ ਨੂੰ ਕਿਵੇਂ ਜਿਹੜਾ ਕਲੱਬ ਕਰ ਸਕਦੇ ਨਹੀਂ ਨਿਊਜ਼ੀਲੈਂਡ ਨੇ ਤੇ ਬਹੁਤ ਜ਼ਿਆਦਾ ਤੁਹਾਡਾ ਇਨਕਮ ਸੋਰਸ ਵਾਸਤੇ ਉਹਨਾਂ ਨੇ ਕਿਹਾ ਹੀ ਨਹੀਂ ਹੈ ਹਾਂ ਉਹ ਤੁਹਾਡੇ ਆਈਟੀਆਰ ਔਰ ਜੇ 6 ਮਹੀਨੇ ਪੜਾ ਅਗਰ ਉਹ ਹਾਂ ਉਹਦੇ ਤੇ ਕੋਈ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਆਈਟੀਆਰ ਉਹ ਇੱਕ ਤੁਹਾਡਾ ਇੱਕ ਸੋਰਸ ਆਫ ਇਨਕਮ ਹੈ ਕਿਉਂ ਇਹ ਦੇਖਦੇ ਨੇ ਕਿ ਪੇਰੈਂਟਸ ਕੋਲ ਇਨਕਮ ਹੈਗੀ ਹੈ ਲੇਕਿਨ 6 ਮਹੀਨੇ ਪੁਰਾਣੇ ਫੰਡਸ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਲਰੇਡੀ ਆਪਣੇ ਬੱਚੇ ਵਾਸਤੇ ਪਲਾਨ ਕੀਤਾ ਹੈ ਜਿਸ ਤਰ੍ਹਾਂ ਅਸੀਂ ਆਇਲਸ ਵਾਸਤੇ ਤਿਆਰੀ ਕਰਨੇ ਆ ਆਇਲਸ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਅੱਜ ਉੱਠੋਗੇ ਐਗਜ਼ਾਮ ਦਿਆਓਗੇ ਆਇਲਸ ਵਾਸਤੇ ਵੀ ਤੁਸੀਂ 2-3 ਮਹੀਨੇ ਤਿਆਰੀ ਕਰੋਗੇ ਆਪਣੇ ਤੁਸੀਂ ਐਗਜ਼ਾਮਸ ਵਾਸਤੇ ਵੀ ਤਿਆਰੀ ਕਰ ਦਿਓ ਹਰ ਚੀਜ਼ ਵਾਸਤੇ ਜਦ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਵਾਈ ਨਾਟ ਫੋਰ ਫੰਡਸ ਫੰਡਸ ਵਾਸਤੇ ਵੀ ਇਸੇ ਹੀ ਤੁਸੀਂ 5-6 ਮਹੀਨੇ ਪੁਰਾਣੇ ਆਪਣੇ ਫੰਡਸ ਰੱਖੋ ਸਾਰੇ ਦੇਸ਼ਾਂ 'ਚ ਚਾਹੀਦੇ ਆ ਚਾਹੇ ਨਿਊਜ਼ੀਲੈਂਡ ਹੈ ਆਸਟ੍ਰੇਲੀਆ ਯੂਐਸ ਤੁਸੀਂ ਯੂਐਸ ਕਿਹੜੀ ਕੰਟਰੀ ਵੀ ਹੈ ਸਭ ਦੇ ਵਾਸਤੇ ਫੰਡਸ ਚਾਹੀਦੇ ਆ ਕੈਨੇਡਾ ਲੋਕ ਕਹਿੰਦੇ ਜੀਆਈਸੀ ਜੀਆਈਸੀ ਤੁਹਾਡਾ ਐਸਪੀਪੀ 'ਚ ਚੱਲਦਾ ਹੈ ਜਰਨਲ 'ਚ ਜੇ ਤੁਹਾਨੂੰ ਇੱਕ ਖੁਦ ਨਾ ਖਾਸਤਾ ਜਾਣਾ ਪੈਗਾ ਜਾਂ ਯੂਨੀਵਰਸਿਟੀ ਜਾਣਾ ਪੈਗਾ ਫੰਡ ਫਿਰ ਜ਼ਰੂਰਤ ਹੈ ਫੰਡਸ ਸੋ ਬਿਲਕੁਲ ਵੈਲ ਮੇਨਟੇਨ ਲੇਕਿਨ ਅਗਰ ਫੰਡਸ ਉਹ ਅਸੀਂ ਇਸ ਤਰ੍ਹਾਂ ਨਾ ਕਹੀਏ ਤੇ ਫੰਡਸ ਰਿਕੁਆਇਰਡ ਹੀ ਹੈ ਨਾ ਚਾਹੇ ਤੁਸੀਂ ਜੀਐਸਸੀ ਭੇਜਣਾ ਚਾਹੇ ਤੁਸੀਂ ਫੀਸ ਭੇਜਣੀ ਹੈ ਲੇਕਿਨ ਉਹ ਤੁਹਾਡੇ ਕੋਲ ਹੋਏਗਾ ਤਾਂ ਹੀ ਤੁਸੀਂ ਟ੍ਰਾਂਸਫਰ ਕਰੋਗੇ ਨਾ ਅਲਟੀਮੇਟਲੀ ਤਾਂ ਤੁਹਾਡੇ ਅਮਾਊਂਟ ਤੁਸੀਂ ਫੰਡਸ ਅਗਰ ਕਿਸੇ ਚਾਚੇ ਤਾਏ ਮਾਮੇ ਦੇ ਕਿਸੇ ਦੇ ਦਿਖਾਏ ਹੈ ਉਹ ਫੰਡ ਸਿਰਫ ਦਿਖਾਉਣ ਵਾਸਤੇ ਹੁੰਦੇ ਆ ਆਈ ਬਿਲੀਵ ਕਿ ਜਿਹੜੇ ਰਿਲੇਟਿਵਸ ਹੁੰਦੇ ਆ ਉਹ ਫੰਡਸ ਕਦੀ ਤੁਹਾਡੀ ਐਜੂਕੇਸ਼ਨ ਤੇ ਐਜੂਕੇਸ਼ਨ ਤੇ ਸਪੈਂਡ ਨਹੀਂ ਕਰਦੇ ਉਹਨਾਂ ਦੀ ਆਪਣੀ ਵੀ ਤਾਂ ਫੈਮਿਲੀਸ ਹੈ ਵਾਈ ਦੇ ਵਿਲ ਗਿਵ ਯੂ ਦੇਅਰ ਮਨੀ ਟੂ ਯੂ ਠੀਕ ਹੈ ਤਾਂ ਇਹ ਤਾਂ ਉਹਨਾਂ ਦੇ ਫੰਡਸ ਜਿਹੜੇ ਸੀ ਇਸੇ ਕਰਕੇ ਹਾਈ ਕਮਿਸ਼ਨ ਨੇ ਇਸ ਰੂਲ ਨੂੰ ਚੇਂਜ ਕੀਤਾ ਕਿ ਜੋ ਰਿਲੇਟਿਵਸ ਦੇ ਫੰਡਸ ਹੈ ਉਹ ਸਿਰਫ ਇੱਕ ਸ਼ੋਅ ਕਰਨ ਵਾਸਤੇ ਫੰਡਸ ਹੋ ਰਹੇ ਸੀ ਉਹ ਵਾਲੇ ਫੰਡਸ ਉਹ ਪੇਰੈਂਟਸ ਯੂਜ਼ ਤਾਂ ਕਰ ਨਹੀਂ ਪਾ ਰਹੇ ਸੀ ਕਿਉਂਕਿ ਕੋਈ ਵੀ ਸੋ ਜਿਹੜਾ ਕਾਨੂੰਨ ਕਿ ਜੇ ਤੁਹਾਡਾ ਵੀਜ਼ਾ ਲੱਗਦਾ ਤਾਂ ਉਸੇ ਹੀ ਫੰਡ ਦੇ ਵਿੱਚੋਂ ਫੀਸ ਜਿਹੜੀ ਟ੍ਰਾਂਸਫਰ ਜੀ 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 ਜਿਹੜੇ ਫੰਡਸ ਤੁਸੀਂ ਦਿਖਾ ਰਹੇ ਹੋ ਕਿਉਂਕਿ ਪਹਿਲੇ ਇਹ ਦਿਖਾ ਰਹੇ ਸੀ ਕਿ ਫੰਡਸ ਕਿਸੇ ਦੇ ਵੀ ਦਿਖਾਤੇ ਤੁਸੀਂ ਕਲੱਬ ਕਰਕੇ ਦਿਖਾਤਾ ਹੈ ਮੇਰੇ ਕੋਲ 25-30 ਲੱਖ ਰੁਪਏ ਪਏ ਨੇ ਲੇਕਿਨ ਐਂਡ ਆਫ ਦਾ ਡੇ ਤੁਸੀਂ ਫੰਡਸ ਸ਼ੋ ਤੇ ਜਿਹੜੀ ਫੀਸ ਜਾ ਰਹੀ ਸੀ ਜਾਂ ਲਿਵਿੰਗ ਐਕਸਪੈਂਸਿਸ ਜਾ ਰਹੇ ਸੀ ਉਹ ਸਿਰਫ ਪੇਰੈਂਟਸ ਦੇ ਪੈਸੇ ਤੋਂ ਜਾ ਰਹੇ ਸੀ ਕਿਉਂਕਿ ਰਿਲੇਟਿਵ ਤੇ ਕਦੀ ਪੈਸਾ ਦਿੰਦਾ ਹੀ ਨਹੀਂ ਕਦੀ ਕਿਸੇ ਨੂੰ ਤੇ ਇਸ ਕਰਕੇ ਉਹਨਾਂ ਨੇ ਇਸ ਰੂਲ ਨੂੰ ਹੀ ਚੇਂਜ ਕਰਤਾ ਕਿ ਰਿਲੇਟਿਵ ਜਾਂ ਚਾਚੇ ਮਾਮੇ ਤਾਏ ਉਹਨਾਂ ਦੇ ਫੰਡਸ ਨਹੀਂ ਛੋਣਗੇ ਉਹਨਾਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਐਂਡ ਆਫ ਦਾ ਡੇ ਪੇਰੈਂਟਸ ਦਾਦੇ ਦਾਦੀ ਨਾਨਾ ਨਾਨੀ ਉਹਨਾਂ ਦੇ ਫੰਡਸ ਸ਼ੋ ਕਰੋ ਤੁਸੀਂ ਜਿਹੜੇ ਤੁਹਾਨੂੰ ਐਕਚੁਅਲੀ ਪੈਸਾ ਦੇ ਸਕਦੇ ਨੇ ਫੋਰ ਯੂਅਰ ਸਟੱਡੀਜ਼ ਜੀ ਇਹ ਹੋ ਗਿਆ ਕਿ ਫੰਡ ਇੱਕ ਬਹੁਤ ਵੱਡਾ ਮੁੱਦਾ ਰਿਹਾ ਹੈ ਰਿਜੈਕਸ਼ਨਸ ਦਾ ਕਾਰਨ ਹੈ ਇਸ ਕਰਕੇ ਅਸੀਂ ਡਿਸਕਸ ਕੀਤਾ ਬੇਸ ਬਣਾਇਆ ਪਲੱਸ 2 ਲਈ ਬੀਏ ਲਈ ਹੁਣ ਆ ਜਾਂਦੇ ਕਿ ਜਿਹੜੇ ਡਾਕੂਮੈਂਟੇਸ਼ਨ ਹੈਗੀ ਹੈ ਰਿਕੁਆਇਰਮੈਂਟ ਹੈ ਅਸਲ 'ਚ ਵੀਜ਼ਾ ਕਿਸ ਬਣਾ ਤੇ ਲੱਗਦਾ ਨਿਊਜ਼ੀਲੈਂਡ ਦਾ ਕਿਉਂਕਿ ਕਈ ਚੀਜ਼ਾਂ ਆ ਜਾਂਦੀਆਂ ਕੈਨੇਡਾ ਨੇ ਪਰਸੈਂਟੇਜ ਜ਼ਰੂਰ ਦੇਖਣੀ ਹੈਗੀ ਹੈ ਨਿਊਜ਼ੀਲੈਂਡ ਦੇ ਵਿੱਚ ਮੇਰੇ ਖਿਆਲ ਪਰਸੈਂਟੇਜ ਦਾ ਇੰਨਾ ਜ਼ਿਆਦਾ ਬਹੁਤਾ ਰੋਲ ਨਹੀਂ ਹੈ ਸੋ ਤੁਸੀਂ ਐਕਸਪਰਟ ਹੋ ਫਾਈਲ ਤਿਆਰ ਕਰਨ ਦੇ ਕਿ ਕਿਹੜੀਆਂ ਕਿਹੜੀਆਂ ਜਿਹੜੀਆਂ ਇਸ਼ੂਜ਼ ਨੇ ਜਿਨ੍ਹਾਂ ਕਰਕੇ ਰਿਜੈਕਸ਼ਨ ਆਉਂਦੀ ਹੈ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਦੇਖੋ ਮੇਨ ਤੇ ਨਿਊਜ਼ੀਲੈਂਡ ਕੈਨੇਡਾ ਕੋਈ ਵੀ ਕੰਟਰੀ ਹੋਏ ਮੈਂ ਪਹਿਲੇ ਵੀ ਇਹ ਚੀਜ਼ ਕਹੀ ਆ ਹਰ ਵੀਜ਼ਾ ਆਫੀਸਰ ਨੂੰ ਜਾਂ ਹਰ ਉਹਨਾਂ ਨੂੰ ਉਹ ਇੱਕ ਚੀਜ਼ ਹੈ ਕਿ ਤੁਹਾਡੇ ਰੈਲੇਵੈਂਸੀ ਆਫ ਕੋਰਸ ਹੋਣਾ ਚਾਹੀਦਾ ਜੋ ਵੀ ਕੁਆਲੀਫਿਕੇਸ਼ਨ ਤੁਸੀਂ ਪ੍ਰੀਵੀਅਸਲੀ ਕੀਤੀ ਹੈ ਸੇਮ ਕੁਆਲੀਫਿਕੇਸ਼ਨ ਵਿੱਚ ਅੱਗੇ ਆਪਣਾ ਕੋਰਸ ਚੁਣੋ ਕਿਉਂਕਿ ਜੋ ਕੁਆਲੀਫਿਕੇਸ਼ਨ ਤੁਸੀਂ ਕਰ ਰਹੇ ਹੋ ਕਿਤੇ ਨਾ ਕਿਤੇ ਤੁਸੀਂ ਉਹਦੇ ਵਿੱਚ ਆਪਣਾ ਇੰਟਰਸਟ ਬਣਾ ਲਿਆ ਕਿਤੇ ਨਾ ਕਿਤੇ ਤੁਸੀਂ ਇੱਕ ਬੇਸਿਕ ਕੁਆਲੀਫਿਕੇਸ਼ਨ ਆਪਣੀ ਉਹ ਕਰ ਲਿਆ ਕਿਉਂਕਿ ਨਵੀਂ ਕੰਟਰੀਜ਼ ਤੁਸੀਂ ਜਾਓਗੇ ਫਸਟ ਆਫ ਆਲ ਤਾਂ ਤੁਹਾਡਾ ਇੱਕ ਲੈਂਗੁਏਜ ਬੈਰੀਅਰ ਆ ਉੱਥੇ ਤੁਹਾਨੂੰ ਸਾਰੀ ਸਟੱਡੀ ਜਿਹੜੀ ਹੈ ਇੱਕ ਤਾਂ ਇੰਗਲਿਸ਼ ਵਿੱਚ ਪੜ੍ਹਨੀ ਹੈ ਦੂਸਰਾ ਉਹਨਾਂ ਦੀ ਲੈਂਗੁਏਜ ਉਹਨਾਂ ਦਾ ਐਕਸੈਂਟ ਅਲੱਗ ਹੈਗਾ ਉਹਨਾਂ ਦੀ ਗੱਲ ਵੈਸੇ ਹੀ 80% ਜਿਹੜੀ ਹੈ ਉਹ ਤੁਹਾਨੂੰ 80% ਸਮਝ ਆਉਣੀ ਹੈ 20% ਉਹ ਐਕਸੈਂਟ ਦੇ ਕਾਰਨ ਤੁਹਾਨੂੰ ਸਮਝ ਨਹੀਂ ਆਉਣੀ ਹੈ ਤੇ ਇਸ ਦਾ ਮਤਲਬ ਇਹ ਹੋ ਗਿਆ ਕਿ ਤੁਹਾਨੂੰ ਕੋਰਸ ਦੀ 20% ਚੀਜ਼ਾਂ ਸਮਝ ਨਹੀਂ ਆ ਰਹੀਆਂ ਠੀਕ ਹੈ ਤੇ ਇਸ ਕਰਕੇ ਜਿਹੜਾ ਤੁਹਾਡਾ ਪ੍ਰੀਵੀਅਸ ਰੈਲੇਵੈਂਸੀ ਦੇ ਚੀਜ਼ਾਂ ਹੋਣਗੀਆਂ ਉਹਨਾਂ ਨੂੰ ਹੀ ਲੈ ਕੇ ਚੱਲੋਗੇ ਤਾਂ ਜ਼ਿਆਦਾ ਅੱਛਾ ਹੈ ਮੈਂ ਐਕਸੈਂਟ ਤੇ ਤੁਹਾਨੂੰ ਇਨਫੈਕਟ ਅੱਜ ਸਾਡੇ ਨਾਲ ਵੀ ਇੱਦਾਂ ਹੁੰਦਾ ਕਿ ਅਗਰ ਅਸੀਂ ਕਿਸੇ ਉਹਨਾਂ ਨਾਲ ਗੱਲ ਕਰ ਰਹੇ ਹਾਂ ਅਗਰ ਮੈਂ ਕਹਾਂ ਕਿ ਕੁਝ ਨਿਊਜ਼ੀਲੈਂਡ ਦੇ ਜਿਹੜੇ ਕੀਵੀਸ ਹੈਗੇ ਨੇ ਸਮ ਟਾਈਮ ਉਹਨਾਂ ਦਾ ਐਕਸੈਂਟ ਸਮਝਣ ਤੇ 1 ਜਾਂ 2 ਮਿੰਟ ਸਾਨੂੰ ਵੀ ਲੱਗ ਜਾਂਦੇ ਆ ਇਟਸ ਨਾਟ ਲਾਈਕ ਦਿਸ ਕਿ ਕਿਉਂਕਿ ਸਾਡਾ ਜਿਹੜਾ ਮੌਰੀ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜਾ ਮੌਰੀ ਸੀ ਜਾਂ ਕੀਵੀਸ ਵੀ ਕਹਿ ਸਕਦੇ ਆ ਅਸੀਂ ਉਹਨਾਂ ਦੀ ਐਕਸੈਂਟ ਥੋੜਾ ਜਿਹਾ ਡਿਫਰੈਂਟ ਹੈਗਾ ਜਾਂ ਬ੍ਰਿਟਿਸ਼ਰਸ ਦਾ ਵੀ ਡਿਫਰੈਂਟ ਆ ਹਰ ਕੰਟਰੀ 'ਚ ਇੱਕ ਐਕਸੈਂਟ ਜਿਹੜਾ ਹੈ ਥੋੜਾ ਜਿਹਾ ਚੇਂਜ ਹੈ ਉਹਨੂੰ ਥੋੜਾ ਜਿਹਾ ਸਮਝਣ ਤੇ ਟਾਈਮ ਲੱਗਦਾ ਇਨਫੈਕਟ ਸਾਨੂੰ ਵੀ ਟਾਈਮ ਲੱਗ ਜਾਂਦਾ ਕਿ ਕਈ ਵਾਰੀ ਆਉਂਦਾ ਕਿ ਇੱਕ ਅੱਧੀ ਗੱਲ ਜਿਹੜੀ ਹੈ ਨਹੀਂ ਸਮਝ ਆਉਂਦੀ
मैं एक टेक्निकल सवाल तुहाडे तों पुछना चाहूंगा, तुसीं किन्ने चिर तों इस लाइन दे विचों बहुत सारे कॉलेजेस नाल काम करदे हो, फाइलां आप तैयार कीतियां, पंजाब दे विच बहुत घट कंपनियां ने जिहड़ियां एजुकेशन न्यूजीलैंड नूं सही तरीके नाल डील करदियां, आप फाइलां बणाउंदियां, आप मैसेज पाउंदियां, तुसीं आप पाउंदे हो, एसओपी जिहड़ी हैगी है लिखी जांदी है और बच्चे नूं इंटरव्यू जिहड़ी एसओपी दे विचों आउंदी है और बच्चा कन्फ्यूज हो जांदा, इसे करके बहुत सारियां रिजेक्शन आउंदियां हैगियां। सो तुसीं आप एसओपी बणाउंदे हो, आप फाइलां तैयार करदे हो, इस चीज़ नूं जिहड़ा हैगा किवें देखदे हो अज्ज दी संदर्भ दे विच कि जिस बच्चे ने मैं वाली चीज़ एक बार पहले भी गई सी, स्टूडेंट अगर अपनी फाइल खुद तैयार करता मेरे को अगर स्टूडेंट आता मैं उन्होंने पहले यह कहनी है कि देख तेरा अगर अगर तू बिजनेस कोर्स किया है या तू असी सपोज कर दे कि उन्हें पीसीएम किया है फिजिक्स केमिस्ट्री मैथ्स है मैं उन्होंने कहनी है कि अपने रिलेटेड तो कोर्स खुद ढूंढ, पांच दस मिनट पंद्रह मिनट उन्होंने असं कंप्यूटर से बिठाने कि तू ना अपने अपने लिए सर्च मार कि तेन तू कि कोर्स ढूंढे है ओद उत्ते जो टूण लैंदा तो उन्होंने एक याद हो जाता है कि हाँ मैंने ए वाले कोर्सिज मिल रहे हैं, चाहे मेरे को ट्वेल्थ का स्टूडेंट आए चाहे ग्रैजुएट आए चाहे मास्टर आए, कोई भी स्टूडेंट आ असं खुद बिठाने तू अपना टूंढ तू एक सर्च मारी है इस सर्च के उत्ते असं इस सर्च में रिफाइन करके तेनों देंगे, हूँ तेनों असं दसेंगे कि यह सर्च यह जो कोर्सिज है तेरे नाल मैच करते हैं। जो स्टूडेंट खुद एक चीज का सर्च करता है, कोर्स उन्हें खुद सर्च किया, उन्होंने पता है कि मैं आधा काम नहीं कर गया, उन्होंने सब पता है कि मैं केड़ा कोर्स किया, मैं कोर्स क्यों किया। दूसरा जो असं एप्लीकेशन फॉर्म आई नैवर फिल माई एप्लीकेशन फॉर्म किसी स्टूडेंट का खुद नहीं किया, मैक्सिमम कंसल्टेंट जड़े ने ठीक है असं स्टूडेंट ऑफिस बिठा देता, कोई कोई गल नहीं तू मेरे तो पूछ पूछ के कर, यह क्वेश्चन नहीं समझ आ रहा मैं तुम दस बारे दसागी कि मतलब है आंसर खुद दे तू ए जो तू लिखना तू समझ के इस चीज़ का आंसर चाहे एप्लीकेशन फॉर्म में तू एक बार गलत कर दो बारी वीजा एप्लीकेशन फॉर्म है कोई गल नहीं असं दो बारी भरेंगे तीन बारी भरेंगे लेकिन इस तू समझ के तू कर ताकि तेन एक एक क्वेश्चन का आंसर तेन खुद पता होए कि जो कुछ तू अगर ए यस टिक कर रहा तो वह तू टिक क्यों कर रहा है। मैं इस चीज़ वास्ते मैं उसते लिखा हुआ मैं मेडिकल सबमिट किया, मेडिकल सबमिट से तू टिक कर रहा तो क्यों कर रहा तू किया कि नहीं किया, जिहड़ी जिहड़ी चीज़ वह कर रहा एप्लीकेशन फॉर्म जो खुद फिल करेगा सैकेंड स्टैप वह फिर क्लीयर हो गया, पहला वह करता कोर्स कंटेंट सैकेंड एप्लीकेशन फॉर्म, थर्ड जिहड़ी चीज़ मैं उन्होंने कहनी हाँ कि हूँ तो ए देख कि जो अगर तू कोर्स कंटेंट कोर्स अपना ढूंढ लिया ए ढूंढ तेन किस किस तरह की जॉब मिलदिया ने। एक बड़ी सिंपल जी वैबसाइट हैगी है career.ac.nz जी seek.ac.nz भी है वैसे करियर जैसे वैबसाइट पर पाओ थोड़ा कोर्स कंटेंट थोड़ा कोर्स पाओ और रिलेटिड जॉब्स मिल जाए बहुत सारिया कि किस तरह किस तरह की जॉब जी बड़ी ईजी है, न्यूजीलैंड वास्ते सब तो बेस्ट है गया तुसी उन्नू टूंडो। मैं स्टूडेंट ने कहनी कि अपने कोर्स से रिलेटेड जेड़ा तू हॉस्पिटैलिटी कर रहा पुट हॉस्पिटैलिटी देयर कि ठीक है उदे ते उत्ते एक सैक्शन आ जांदा उदे ते हॉस्पिटैलिटी पाओ हॉस्पिटैलिटी रिलेटेड तुहानू 10-15 जॉब्स मिलनगियां, अपने आप तुहानू समझ आ जाएगी कि केड़ी केड़ी फील्ड च किस तरह केड़ी केड़ी कंपनियां मैनू ए वाली जॉब दे रही है, तुहाडा थर्ड स्टैप भी क्लीयर हो गया जी। ਤੁਸੀਂ ਕੁਛ ਵੀ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ, ਹੁਣ ਤੁਸੀਂ ਐਸਓਪੀ ਆਪਣੇ ਆਪ ਬਣਾਓ ਔਰ ਉਹਦੇ ਬਾਅਦ ਇੰਟਰਵਿਊ ਆਪਣਾ ਆਪ ਦਿਓ, ਮੈਨੂੰ ਤੁਹਾਨੂੰ ਨਾ ਪੜ੍ਹਾਉਣ ਦੀ ਜ਼ਰੂਰਤ ਹੈ ਨਾ ਮੈਨੂੰ ਤੁਹਾਨੂੰ ਰੱਟਾਫਿਕੇਸ਼ਨ ਕੁਛ ਕਰਾਉਣ ਦੀ ਜ਼ਰੂਰਤ ਹੈ ਜੀ। ਮੈਂ ਸੰਦੀਪ ਜੀ ਜੇ ਚਾਰ ਚੀਜ਼ਾਂ ਨੂੰ ਡਿਵਾਈਡ ਕਰਾਂ ਨਿਊਜ਼ੀਲੈਂਡ ਦੇ ਪਿੱਲਰ ਨੇ ਜਿਹੜੇ ਡੇਰੀ ਬਹੁਤ ਵੱਡਾ ਜੀ ਉੱਥੋਂ ਦਾ ਖਜ਼ਾਨਾ ਹੈ ਵਡਮੁੱਲਾ ਵੁੱਡ ਹੈ ਫਿਸ਼ ਦੀ ਲਾਈਨ ਹੋ ਗਈ ਔਰ ਹੋਟਲ ਲਾਈਨ ਜੀ ਜੀ चार लाइन्स इस तो अलावा जिवें क्राइस्टचर्च वर्गे शहर ने जिथे बच्चा इंजीनियरिंग करन जांदा हैगा होर बहुत सारा वास्ट एरिया है जिहड़ा कि इन्हां दी ज़्यादा डिमांड है या सानू जिहड़ा कोर्स है रेलेवेंस दा असीं लई लैणा मतलब हो गया एस मतलब साइंस टी मतलब टेक्नोलॉजी ई मतलब इंजीनियरिंग एम मतलब मैथ्स लिस्ट कही है क्रिएटिव और डिजाइनिंग आ जाओ जो आर्ट्स स्टूडेंट है थर्ड जो कोर्स आ जाते हैं सस्टेनेबल एनर्जी दे आ जाते हैं तुम इन्हों चुन लो मतलब मैं कह रही हूँ कि डोंट जस्ट गो इन टू हॉस्पिटैलिटी कुकरी और वही बिजनेस कोर्सिस से ना जाओ तुम कुछ और डिफरेंट ढूंढ के देखो
मेरे को लाओ मैं तुहानू 10 को ऑप्शन दसांगी कि हाँ साडा असी एक बड़ा अच्छा जिहड़ा मैं काउंसलर्स नूं अपना ट्रेंड किया और जो असी बड़ा ऑफिस एक अच्छा सिस्टम बनाया होया है कि कोई भी स्टूडेंट साडे कोल आंदा असी उहदे तों उहदा पूरा प्रोफाइल चुकने आ कि तू की करना है, प्रीवियस क्वालिफिकेशन, पेरेंट्स का किन्ना बजट है जां फंड्स किन्ने अफोर्ड कर सकदे आ, और तेरा इंटरस्ट, इन्हां तीन दे उत्ते असी उहदा एक ब्रीफ जिहड़ा ना प्रोफाइल बना के उहनूं दिंदे आ, और उस प्रोफाइल दे उत्ते असी उहनूं उहदे नाल चार पांच ऑप्शन उहनूं दिंदे आ डिफरेंट डिफरेंट लिख के कि इह चीज़ां जिहड़ियां जिहड़ियां तेरे ऑप्शन बन सकदे आ, उहदे उत्ते उहनूं असी करियर वे नाल लिख के दे, एक एक शीट दे उत्ते उहनूं चार चार अलग अलग शीट्स बना के दे दिंदे आ कि इह चीज़ इह कोर्स मिलेगा, इस तरह की जॉब मिलेगी और अगे तेरा फ्यूचर जरा इस तरह सैटल होएगा। वो बाद अपने आप चुने उन्होंने कोर्स को, असं उन्होंने हमेशा हर स्टूडेंट से यही कहने कि ये उत्तों सिलेक्शन करो। समीर जी, पंजाब में बहुत घट कंसलटेंट ने जिन्हों को न्यूजीलैंड के टाई अप हैं जी, जिन्होंने फाइल लानी आती है, मैं बार बार कह रहा वो एक नैगेटिव मार्केटिंग कर रहे हैं कि न्यूजीलैंड का वीज़ा नहीं आ रहा जी, इंटरव्यू बड़ी सख्त है जी, उ जॉब नहीं मिलती जी, उत्थे आ चेंजेस आ गई हूँ, तुम पक्के नहीं हो पाओगे। इमिग्रेशन पॉलिसी उन्होंने वो जड़ा है जिहड़ी जिहड़ी पहले उन्होंने आया कि असी की एक जॉब दा उन्होंने वो रखे सी कि इन्नी इन्ने डॉलर दी तुहाडी जॉब होनी चाहिए, 55,000 दी सी पहले मेरे ख्याल से, बिल्कुल वो मैं क्योंकि असी इमिग्रेशन करदे नहीं तो मैं आई डोंट वांट टू डिस्कस दिस वन हियर, क्योंकि असी स्टूडेंट वीजा है गया क्योंकि वो इमिग्रेशन लॉयर दा काम है ऐसे चीजा डिस्कस करनिया, तो इस करके मैं उन्हें डिस्कस करी, लेकिन उहदे ते सानू कुछ करना ही नहीं है, उहदे ते कोई चेंज स्टूडेंट वीजा ते कोई चेंज नहीं है, जो चीज चल रही सी कोई आइल स्कोर नहीं चेंज होया, लोग कह रहे कि नहीं 6 बैंड हो गए, ये हो गया, नथिंग, नो चेंजेस। इस टाइम प्रमोट क्यों नहीं किया जा रहा, मेरा 2-3 साल पहला जो मैं शो देखता या कटदा या टाइम याद करता तो न्यूजीलैंड 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 6 दे 6 दिन चलता है, अब कैनेडा 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 हो रही है, एक्सपेरिमेंट किए जा रहे हैं, लख रुपया कैनेडा डूब रहा है, मैं नहीं कह रहा कि वीजा नहीं आ रहा, वीजा आ रहा है, जिसकी प्रोफाइल सूटेबल है न्यूजीलैंड लिए सैट हो सकता है, जिसके भैन भरा ने जिसका कोर्स ही रेलेवेंट न्यूजीलैंड नाल मिल रहा है, वो भी एक बार ट्राई करने की कोशिश करता है। ਉਹਦਾ ਰੀਜ਼ਨ ਇਹ ਹੈਗਾ ਕਿ ਕੈਨੇਡਾ ਸ਼ਾਇਦ ਸਟੂਡੈਂਟ ਨੂੰ ਫੰਡਸ ਨਹੀਂ ਸ਼ੋ ਕਰਨੇ, ਨੰਬਰ 1। ਦੂਸਰਾ ਜਿਹੜਾ ਹੈ ਨਾ ਏਜੰਟ ਏਜੰਟ ਘਬਰਾ ਗਿਆ, ਨਿਊਜ਼ੀਲੈਂਡ 'ਤੇ ਥੋੜ੍ਹਾ ਜਿਹਾ ਵੀਜ਼ਾ ਆਫਿਸਰ ਸਟਿਕ ਆ ਕਿਉਂਕਿ ਉਹਨੂੰ ਕੋਰਸ ਵੀ ਰੈਲੇਵੈਂਟ ਚਾਹੀਦਾ, ਉਹਨੂੰ ਫੰਡਸ ਵੀ ਪ੍ਰੋਪਰ ਚਾਹੀਦੇ, ਵੀਜ਼ਾ ਟੈਕਨੀਕ ਹੋ ਗਿਆ, ਇਸ ਕਰਕੇ ਕੰਸਲਟੈਂਟ ਟੈਕਨੀਕਲ ਨਹੀਂ ਹੈ, ਕੰਸਲਟੈਂਟ ਨੂੰ ਨੌਲੇਜ ਨਹੀਂ ਹੈ, ਉਹ ਕਹਿ ਰਿਹਾ ਕਿ ਉਹਨੇ ਰੂਮਰਸ ਉਡਾਣੀਆਂ ਸ਼ੁਰੂ ਕਰਤੇ ਕਿ ਸਾਨੂੰ, ਮੈਨੂੰ ਤਾਂ ਆਪਣੇ 'ਚ ਕੋਈ ਚੇਂਜ ਨਹੀਂ, ਮੈਂ ਆਈ ਐਮ ਡੂਇੰਗ ਨਿਊਜ਼ੀਲੈਂਡ ਸਿੰਸ ਲਾਸਟ 10 to 12 ਈਅਰਸ, ਮੈਨੂੰ ਕੋਈ ਚੇਂਜ ਨਹੀਂ ਦੇਖਿਆ, ਥੋੜ੍ਹਾ ਜਿਹਾ ਸਟਿਕਨੈਸ ਹੋਈ, ਸਭ ਕੁਛ ਹੋਇਆ, ਇੱਕ ਟਾਈਮ 'ਚ ਅਸੀਂ ਵੀਜ਼ਾ ਆਫਿਸਰ ਨਾਲ ਫੋਨ ਕਰਕੇ ਵੀ ਗੱਲ ਕਰ ਲੈਂਦੀ ਸੀ ਸਟੂਡੈਂਟ ਦੇ ਬਾਰੇ 'ਚ, ਉਹ ਸਭ ਚੇਂਜ ਹੁੰਦੇ ਹੁੰਦੇ ਅੱਜ ਇੱਥੇ ਤੱਕ ਆ ਗਿਆ ਸੀ ਕਿ ਅਸੀਂ ਮਤਲਬ ਵੀਜ਼ਾ ਆਫਿਸਰ ਨਾਲ ਅਪਾਇੰਟਮੈਂਟ ਮਿਲਣੀ ਵੀ ਮੁਸ਼ਕਿਲ ਅੱਜ ਕੱਲ੍ਹ, ਲੇਕਿਨ ਸਟਿਲ ਮੈਨੂੰ ਤਾਂ ਵੀ ਕੋਈ ਚੇਂਜਿਸ ਨਹੀਂ ਲੱਗਦੇ ਕਿਉਂਕਿ ਅਗਰ ਵੀਜ਼ਾ ਡਿਫੀਕਲਟ ਹੋਇਆ ਹੈ ਤਾਂ ਉਹ ਸਾਡੇ ਏਜੰਟ ਸਾਰਿਆਂ ਦੀ ਵਜ੍ਹਾ ਨਾਲ ਹੀ ਹੋਇਆ, ਉਹਨਾਂ ਨੇ ਹੀ ਕੀਤਾ, ਅਦਰਵਾਈਜ਼ ਤਾਂ ਹਾਈ ਕਮਿਸ਼ਨ ਨੇ ਐਸਾ ਕੋਈ ਰੂਲ ਉਹਨਾਂ ਨੇ ਕੁਛ ਚੁੱਕਣੇ ਜ਼ਿਆਦਾ ਕੀਤੇ ਆ, ਉਹ ਟੈਕਨੀਕਲ ਹੀ ਚੇਂਜਿਸ ਆਏ ਨੇ ਜੋ ਵੀ ਆਏ ਨੇ। ਇੱਕ ਟੈਕਨੀਕਲ ਸਵਾਲ ਪੁੱਛੂੰਗਾ, ਬਹੁਤ ਸਾਰੇ ਬੱਚੇ ਵੀਜ਼ਾਸ ਜਦੋਂ ਲੱਗ ਜਾਂਦਾ ਹੈ ਆਪਣਾ ਜਿਹੜਾ ਇੱਥੇ ਲੋਨ ਲਿਆ ਨੂੰ ਫਟਾਫਟ ਬੰਦ ਕਰਾ ਦਿੰਦੇ ਆ, ਫੰਡਾਂ ਵੱਲ ਕੋਈ ਧਿਆਨ ਨਹੀਂ ਕਰਦੇ, ਬਤੌਰ ਤੁਸੀਂ ਐਕਸਪਰਟ ਨਿਊਜ਼ੀਲੈਂਡ ਦਾ ਕੀ ਕਹਿਣਾ ਚਾਹੋਗੇ ਉੱਥੇ ਪਹੁੰਚ ਕੇ, ਤੁਹਾਨੂੰ ਮੇਰੇ ਕੋਲ ਅਗਲੇ ਸਾਲ ਜਦੋਂ ਤੁਸੀਂ ਬਿਲਕੁਲ ਜੀ ਉਹ ਠੀਕ ਕਹਿ ਰਹੇ ਹੋ, ਫੰਡ ਕੀ ਕਰਨਾ ਚਾਹੀਦਾ ਹੈ? ਦੇਖੋ ਜਿਨ੍ਹਾਂ ਨੇ ਅਗਰ ਲੋਨ ਲਿਆ, ਅੱਜ ਅਗਰ ਕਿਸੇ ਨੇ ਲੋਨ ਲਿਆ 20 ਲੱਖ ਦਾ ਲੋਨ ਲੈ ਲਿਆ, 20 ਲੱਖ ਦੇ ਲੋਨ 'ਚ ਉਹਨਾਂ ਨੇ ਅਗਰ ਲਿਵਿੰਗ ਐਕਸਪੈਂਸਿਸ ਵੀ ਦਿੱਤੇ ਔਰ ਉਹਦੇ ਬਾਅਦ ਉਹਨਾਂ ਨੇ ਫੀਸ ਵੀ ਦਿੱਤੀ ਤਾਂ ਕੁਛ ਅਪਰੋਕਸ 13-14 ਜਾਂ 15 ਲੱਖ ਰੁਪਏ ਉਹਨਾਂ ਦਾ ਖਰਚ ਹੋਇਆ, ਹੁਣ ਉਹਨਾਂ ਦੇ ਜਿਹੜੇ 5 ਜਾਂ 6 ਲੱਖ ਰੁਪਏ ਜਿਹੜੇ ਆ ਉਹਨਾਂ ਦੇ ਬਚ ਗਏ, ਇਹ ਜਿਹੜਾ ਅਮਾਊਂਟ ਉਹਨਾਂ ਦਾ ਬਚਿਆ ਦੇ ਹੈਵ ਟੂ ਸਪੈਂਡ ਇਟ ਨੈਕਸਟ ਈਅਰ, ਨੈਕਸਟ ਈਅਰ, ਇਹ ਨਹੀਂ ਹੈ ਕਿ ਉਹ ਲੋਨ ਉਹਨੂੰ ਬੰਦ ਕਰਾ ਦੇ। ਜਿਨ੍ਹਾਂ ਨੇ ਚਲੇ ਗਏ ਮੈਂ ਉਹਨਾਂ ਲਈ ਪੁੱਛ, ਜਿਨ੍ਹਾਂ ਨੇ ਜਾਣਾ ਉਹ ਤਾਂ ਸਲਾਹ ਲੈ ਸਕਦੇ ਨੇ ਸਾਡੇ ਕੋਲ ਜਿਹੜੇ ਐਕਸਪਰਟ, ਜਿਹੜੇ ਚਲੇ ਗਏ ਉਹਨਾਂ ਨੂੰ, ਚਲੇ ਗਏ ਉਹਨਾਂ ਦਾ ਕੀ ਹੋਏਗਾ ਜਿਨ੍ਹਾਂ ਨੇ ਬੰਦ ਕਰਾ ਤੇ ਲੋਨ ਖਤਮ ਕਰਤਾ ਜਾਂ ਫੰਡ ਨਹੀਂ ਰਹੇ? ਉਹਨਾਂ ਵਾਸਤੇ ਤੇ ਮੈਂ ਕਿਹਾ ਉਹਨਾਂ ਵਾਸਤੇ ਤੇ ਇਮੀਗ੍ਰੇਸ਼ਨ ਪਾਲਿਸੀ ਆਈ ਹੈ ਨਾ, ਜਿਹੜੇ ਹੁਣ ਉਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਆ ਮਾਈਕਲ ਵੁੱਡਵਰਡ, ਉਹਨਾਂ ਨੇ ਇਹੀ ਕਿਹਾ ਹੈਗਾ ਕਿ ਹਾਂ ਇਹ ਇਸ ਚੀਜ਼ ਨੂੰ ਤੇ ਉਹਨਾਂ ਨੇ ਟਾਈਟ ਕੀਤਾ, ਸਟੂਡੈਂਟ ਵੀਜ਼ਾ ਤੇ ਕੋਈ ਟਾਈਟ ਸਿਕਨੈਸ ਜਾਂ ਟਾਈਟ ਕੁਛ ਵੀ ਨਹੀਂ, ਕੋਈ ਪਾਲਿਸੀ ਚੇਂਜ ਨਹੀਂ ਹੋਈ, ਲੇਕਿਨ ਜੋ ਇਮੀਗ੍ਰੇਸ਼ਨ ਪਾਲਿਸੀਜ਼ ਹੈ ਉਹ ਚੇਂਜ ਹੋਈਆਂ ਨੇ, ਜਿਹੜੇ ਸਟੂਡੈਂਟ ਉੱਥੇ ਬੈਠੇ ਹੋਏ ਨੇ ਜਾਂ ਜਿਹੜੇ ਪੱਕੇ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਜਿਹੜੇ ਗਲਤ ਤਰੀਕਿਆਂ ਨੂੰ ਲੈ ਕੇ ਪੱਕੇ, ਤੁਸੀਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ, ਸਟੂਡੈਂਟ ਵੀਜ਼ਾ ਦੇ ਰਿਲੇਟਿਡ ਆਪਣੀ ਜੋਬ ਢੂੰਡੋ, ਤੁਹਾਡਾ ਜੋਬ ਸਰਚ ਵੀਜ਼ਾ ਮਿਲਿਆ, ਜੋਬ ਸਰਚ ਵੀਜ਼ਾ 'ਚ ਆਪਣੀ ਜੋਬ ਢੂੰਡੋ, ਉਹਦੇ ਬਾਅਦ ਆਪਣਾ ਵਰਕ ਪਰਮਿਟ ਲਓ ਔਰ ਪੀਆਰ ਵਾਸਤੇ ਅਪਲਾਈ ਕਰੋ, ਕੁਛ ਵੀ ਨਹੀਂ ਹੈ, ਕੁਛ ਇਸ ਤਰ੍ਹਾਂ ਬਹੁਤ ਡਿਫੀਕਲਟ ਉਹ ਨਹੀਂ ਹੈਗਾ ਜੀ। ਮੈਂ ਥੋੜ੍ਹੀ ਜਿਹੀ ਗੱਲ ਕਰਾਂ ਜੀ ਐਡਵਾਈਜ਼ਰ ਦੀ, ਤਾਂ ਕਿਸ ਤਰ੍ਹਾਂ ਦੇ
ਏਰੀਆਜ਼ ਨੂੰ ਪ੍ਰੈਫਰੈਂਸ ਕਰੋਗੇ ਨਿਊਜ਼ੀਲੈਂਡ ਦੇ ਵਿੱਚ ਔਰ ਕਿਸ ਤਰ੍ਹਾਂ ਦੇ ਕਾਲਜਸ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ? ਏਰੀਆਜ਼ ਤੇ ਦੇਖੋ ਨਿਊਜ਼ੀਲੈਂਡ ਦੇ ਸਾਰੇ ਏਰੀਆਜ਼ ਅੱਛੇ ਹੈਗੇ ਨੇ, ਮੈਂ ਨਹੀਂ ਕਹਾਂਗੀ ਕੋਈ, ਕਿਉਂਕਿ ਐਵਰੀ ਏਰੀਆ ਹੈ ਕਿ ਫਲਾਣਾ ਕੋਰਸ ਲੈਣਾ ਤਾਂ ਫਲਾਣੇ ਪ੍ਰੋਵਿੰਸ ਦੇ ਵਿੱਚ ਚਲੇ ਜਾਓ, ਉਹ ਤਾਂ ਡੈਫੀਨੇਟਲੀ। ਹੁਣ ਤੁਸੀਂ ਅਗਰ ਇਹ ਕਹੋ ਕਿ ਟੈਕਨੀਕਲ ਕੋਰਸਿਸ ਤੇ ਤੁਸੀਂ ਜਾ ਰਹੇ ਹੋ ਮਕੈਨੀਕਲ ਇੰਜੀਨੀਅਰਿੰਗ ਜਾਂ ਵੁੱਡ ਮੈਨੂਫੈਕਚਰਿੰਗ ਜਾਂ ਡੇਅਰੀ ਫਾਰਮਿੰਗ, ਔਰ ਤੁਸੀਂ ਕਹੋ ਕਿ ਉਹ ਕੋਰਸਿਸ ਤੁਸੀਂ ਆਕਲੈਂਡ ਹੀ ਢੂੰਡ ਰਹੇ ਹੋ ਤਾਂ ਬੇਵਕੂਫੀ ਆ। ਇਹੋ ਜਿਹੇ ਕੋਰਸਿਸ ਜਿਹੜੇ ਆ ਤੁਹਾਨੂੰ ਸਿਟੀਜ਼ ਨਹੀਂ ਮਿਲਣੇ ਆ, ਇਹਨਾਂ ਦੇ ਇਹ ਵਾਲੇ ਕੋਰਸਿਸ ਵਾਸਤੇ ਤੁਹਾਨੂੰ ਉਹੀ ਬੈਸਟ ਜਿਹੜਾ ਕਾਲਜ ਹੈਗਾ ਉਹ ਤੋਈ ਮਾਈ ਹੈਗਾ ਰੋਟੋਰਾ ਚ, ਐਂਡ ਇਹ ਬਹੁਤ ਪੁਰਾਣਾ ਅਰਾਊਂਡ ਮੋਰ ਦੈਨ 50 ਈਅਰ ਓਲਡ ਕਾਲਜ ਹੈਗਾ, ਐਂਡ ਗਵਰਨਮੈਂਟ ਪੋਲੀਟੈਕਨਿਕ ਹੈ, ਬੈਸਟ ਕੋਰਸਿਸ ਤੁਹਾਡੇ ਕੋਲ ਉੱਥੇ, ਟੈਕਨੀਕਲ ਕੋਰਸਿਸ ਜਿਹੜੇ ਆ ਸਾਰੇ ਉੱਥੇ ਹੈਗੇ ਆ। ਬਾਕੀ ਤੁਸੀਂ ਅਗਰ ਹੋਸਪਿਟੈਲਿਟੀ ਜਾਂ ਦੂਸਰੇ ਕੋਰਸਿਸ ਲੈਣੇ ਆ ਤੁਸੀਂ ਫਿਰ ਉਹ ਔਰ ਇੰਜੀਨੀਅਰਿੰਗ ਰਿਲੇਟਡ ਲੈਣੇ ਆ, ਔਰ ਜਿਹੜੇ ਤੁਹਾਡੇ ਆਈ ਟੀ ਰਿਲੇਟਡ ਕੋਰਸਿਸ ਲੈਣੇ ਆ ਉਹਨਾਂ ਵਾਸਤੇ ਤੁਸੀਂ ਆਓ ਵੈਲਿੰਗਟਨ, ਆਕਲੈਂਡ, ਕ੍ਰਾਈਸਟਚਰਚ, ਇਹ ਤੁਹਾਡੇ ਵਾਸਤੇ ਆਪਸ਼ਨ ਹੈ। ਜੇ ਮੈਂ ਥੋੜ੍ਹੀ ਗੱਲ ਕਰਾਂ, ਜਿਹੜੇ ਵਿਦਿਆਰਥੀ ਆਸਟ੍ਰੇਲੀਆ ਜਾਂਦੇ ਸੀ ਪਹਿਲਾਂ, ਫਸਟ ਪ੍ਰਾਇਓਰਟੀ ਆਸਟ੍ਰੇਲੀਆ ਔਰ ਕੈਨੇਡਾ ਨੂੰ ਦਿੰਦੇ ਸੀਗੇ, ਇਸ ਵਕਤ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਘੱਟੋ ਘੱਟ 70% ਔਰ ਸੀ ਬੀ ਐਸ ਈ ਆਈ ਸੀ ਐਸ ਈ ਦੇ 60 ਤੋਂ 65% ਦੇ ਵਿੱਚ ਨੰਬਰ ਹੋਣ ਤਾਂ ਆਸਟ੍ਰੇਲੀਆ ਦਾ ਵੀਜ਼ਾ ਲੱਗਦਾ, ਅਦਰਵਾਈਜ਼ ਤੁਸੀਂ ਪੈਸੇ ਖਰਾਬ ਕਰੋਗੇ। ਕੈਨੇਡਾ ਨੇ ਮਤਲਬ 60 ਤੋਂ 80 ਵੀਜ਼ਾ ਦੇਣਾ ਘਟਾਤਾ, ਮੈਂ ਨਹੀਂ ਕਹਿੰਦਾ ਕਿ ਬੰਦ ਕਰਤਾ, 55 ਵਾਲੇ ਨੂੰ ਬਹੁਤ ਔਖਾ ਮਿਲ ਜਾਏਗਾ। ਹੁਣ ਬਚਦੀ ਹੈ ਉਹ ਲੀਡ ਜਿਹੜੀ ਪਲੱਸ ਟੂ ਔਰ ਬੀ ਏ ਤੋਂ ਬਾਅਦ 52-53-50% ਤੱਕ ਘੁੰਮ ਰਹੀ ਹੈ, ਉਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਨਿਊਜ਼ੀਲੈਂਡ ਦੇ ਵਿੱਚ? ਨਹੀਂ, ਤੁਸੀਂ ਆਪਣਾ ਨਹੀਂ ਪਰਸੈਂਟੇਜ ਵਿੱਚ ਕੋਈ ਦਿੱਕਤ ਨਹੀਂ ਹੈ, ਕੁਛ ਯੂਨੀਵਰਸਿਟੀਜ਼ ਹੈ ਉਹਨਾਂ ਨੇ ਪਰਸੈਂਟੇਜ ਦੀ ਲਿਸਟਿੰਗ ਰੱਖੀ ਹੋਈ ਹੈ, ਲੇਕਿਨ ਅਗਰ ਯੂਨੀਵਰਸਿਟੀਜ਼ ਨਹੀਂ ਕਰ ਰਹੇ ਤਾਂ ਤੁਸੀਂ ਆਈ ਟੀ ਪੀ ਜਾਓ, ਗਵਰਨਮੈਂਟ ਪੋਲੀਟੈਕਨਿਕ ਜਾਓ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਆਈਲਟਸ ਰੱਖੋ ਆਪਣਾ, ਆਈਲਟਸ ਦੇ ਉੱਤੇ ਸਿੱਖਣਾ ਸਾ, ਫੰਡਸ ਦੇ ਉੱਤੇ ਸਿੱਖਣਾ ਸਾ, ਤੁਹਾਡੇ ਇੰਟਰਵਿਊ ਦੇ ਉੱਤੇ ਸਿੱਖਣਾ ਸਾ। ਤੁਸੀਂ ਇੰਟਰਵਿਊ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਤੁਸੀਂ ਕਿਹੜਾ ਕੋਰਸ ਕਰਨ ਜਾ ਰਹੇ ਹੋ, ਉਹਨਾਂ ਨੂੰ ਇਹ ਨਹੀਂ ਹੈ ਕਿ 50%, 55% ਓਕੇ, ਲੇਕਿਨ ਜੋ ਕੋਰਸ ਤੁਸੀਂ ਕਰਨ ਜਾ ਰਹੇ ਹੋ, ਜੋ ਕੁਆਲੀਫਿਕੇਸ਼ਨ ਤੁਸੀਂ ਇੰਡੀਆ 'ਚ ਕਰ ਲਿੱਤੇ ਹੈ, ਤੁਹਾਨੂੰ ਐਟਲੀਸਟ ਉਹਦੇ 'ਤੇ ਪ੍ਰੋਪਰ ਨੌਲੇਜ ਹੋਣੀ ਚਾਹੀਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਕੀਤਾ। ਇੰਟਰਵਿਊ ਕੀ ਕਰੇ ਬੱਚਾ ਜਦੋਂ ਕੰਸਲਟੈਂਟ ਚੁਣ ਲਿਆ, ਐਸ ਓ ਪੀ ਖੁਦ ਲਿਖਦਾ, ਜਿਵੇਂ ਤੁਸੀਂ ਟੈਕਨੀਕਲ ਆਸਪੈਕਟ ਦੱਸੇ ਕਿ ਫਾਰਮ ਉਹ ਤੋਂ ਭਰਾਇਆ ਜਾਂਦਾ, ਅੱਧਾ ਤਾਂ ਉਹ ਟ੍ਰੇਨਡ ਹੋ ਜਾਂਦਾ, ਬਿਲਕੁਲ ਕੀ ਸਪੈਸ਼ਲੀ ਇੰਟਰਵਿਊ ਦੀ ਤਿਆਰੀ ਵੀ ਕਰਾਈ ਜਾਂਦੀ ਹੈ? ਸਪੈਸ਼ਲੀ ਇੰਟਰਵਿਊ ਦੀ ਤਿਆਰੀ ਬਹੁਤ ਜ਼ਿਆਦਾ ਜ਼ਰੂਰਤ ਹੀ ਨਹੀਂ ਪੈਂਦੀ, ਅਸੀਂ ਉਹਨਾਂ ਨੂੰ ਇੰਨਾ ਟੈਕਨੀਕਲੀ ਤਿਆਰ ਕਰ ਦਿੰਦੇ ਹਾਂ ਕਿ ਬਹੁਤ ਜ਼ਿਆਦਾ ਮੈਨੂੰ ਇੰਟਰਵਿਊ ਪ੍ਰਿਪਰੇਸ਼ਨ ਦੀ ਕੋਈ ਜ਼ਿਆਦਾ ਉਹ ਜ਼ਰੂਰਤ ਨਹੀਂ ਹੈ, ਲੇਕਿਨ ਫਿਰ ਵੀ ਸਟੂਡੈਂਟ ਨੂੰ ਅਸੀਂ ਪੁਆਇੰਟਸ ਜ਼ਰੂਰ ਦੱਸੀਦਾ ਕਿ ਇਹ ਪੁਆਇੰਟ ਦੇ ਉੱਤੇ ਤੁਹਾਨੂੰ ਇੰਟਰਵਿਊ ਆ ਸਕਦਾ ਹੈ। ਇਹ ਨਹੀਂ ਕਿ ਮੈਂ ਉਹਨਾਂ ਨੂੰ ਬਿਲਕੁਲ ਬਲੈਂਕ ਛੋੜ ਦਿੰਦੀ ਹਾਂ ਕਿ ਹਾਂ ਠੀਕ ਹੈ ਹੁਣ ਤੈਨੂੰ ਮੈਂ ਸਭ ਕੁਝ ਖੁਦ ਕਰ ਲਿਆ, ਠੀਕ ਹੈ ਕੋਈ ਨਹੀਂ, ਆਪਣਾ ਪੁਆਇੰਟਸ ਜ਼ਰੂਰ ਦੱਸੀਦਾ, ਕੁਸ਼ਚਨ ਜਿਹੜੇ ਪ੍ਰੀਵੀਅਸ ਕੁਸ਼ਚਨ ਜੋ ਪੁੱਛੇ ਜਾ ਚੁੱਕੇ ਨੇ ਵੀਜ਼ਾ ਆਫੀਸਰ ਨੇ ਅੱਜ ਤੱਕ ਪੁੱਛੇ ਨੇ, ਉਹਨਾਂ ਦੀ ਨੌਲੇਜ ਜ਼ਰੂਰ ਦੇਈਦਾ ਕਿ ਇਸ ਤਰ੍ਹਾਂ ਦੇ ਕੁਸ਼ਚਨ ਜਿਹੜੇ ਆ, ਟਾਈਪ ਆਫ ਕੁਸ਼ਚਨ ਦੇ ਕੈਨ ਦੇ ਮਾਈ ਟਾਸਕ ਯੂ। ਮੈਂ ਤੁਸੀਂ ਗੱਲ ਕੀਤੀ ਕਿ ਬੱਚੇ ਨੂੰ ਕਹਿੰਦੇ ਹੋ ਕਿ 15 ਮਿੰਟ ਕੋਰਸ ਲੱਭਣ ਤੇ ਲਾ, ਫਾਰਮ ਆਪਣਾ ਆਪ ਭਰ, ਐਸ ਓ ਪੀ ਆਪ ਭਰ। ਮੈਂ ਬਹੁਤ ਸਾਰੀਆਂ 10-12 ਇੰਟਰਵਿਊ ਸੁਣੀਆਂ ਨਿਊਜ਼ੀਲੈਂਡ ਦੇ, ਇੱਕ ਸਵਾਲ ਉਹ ਅਕਸਰ ਪੁੱਛਦੇ ਨੇ ਕਿ ਇਹ ਕੋਰਸ ਕਿਉਂ ਲਿਆ ਤੂੰ ਜੀ, ਇਹਦੀ ਤੈਨੂੰ ਕੀ ਵਰਤ ਹੈ, ਨਿਊਜ਼ੀਲੈਂਡ 'ਚ ਕੀ ਕਰੇਗਾ ਇਹ ਤੋਂ ਬਾਅਦ ਜੀ। ਹੁਣ ਉਹਦਾ ਸਵਾਲ ਮੈਂ ਤੁਹਾਨੂੰ ਪੁੱਛਾਂ ਬਤੌਰ ਐਕਸਪਰਟ, ਕਿ ਬੱਚੇ ਨੂੰ ਇਹ ਕਹਿਣਾ ਚਾਹੀਦਾ ਕਿ ਮੈਂ ਜੀ ਪੜ੍ਹਾਈ ਤੋਂ ਬਾਅਦ ਜੋਬ ਕਰਕੇ ਇੱਥੇ ਪੱਕਾ ਹੋਊਗਾ ਜਾਂ ਵਾਪਸ ਆਊਗਾ? ਇੱਥੇ ਬੜਾ ਕਨਫਿਊਜ਼ ਹੁੰਦਾ ਬੱਚਾ। ਨਹੀਂ ਜੀ ਨਹੀਂ, ਉਹ ਕਹਿ ਸਕਦਾ ਹੈ ਕਿ ਮੈਂ ਉੱਥੇ ਪੱਕਾ ਹੋਊਗਾ, ਕਿਉਂਕਿ ਨਹੀਂ ਉਹ ਕਹਿ ਸਕਦਾ ਹੈ ਕਿਉਂਕਿ ਟੈਕਨੀਕਲੀ ਤੁਸੀਂ ਜਿਸ ਜਗ੍ਹਾ ਤੋਂ ਪ੍ਰੋਗਰਾਮ ਸਟਾਰਟ ਕੀਤਾ, ਤੁਸੀਂ ਕਿਹਾ ਕਿ ਨਿਊਜ਼ੀਲੈਂਡ ਜਿਹੜਾ ਉਹ ਕੰਟਰੀ ਹੈ ਕਿ ਜਿੰਨੇ ਇਹ ਚੀਜ਼ ਸਟਾਰਟ ਕੀਤੀ ਸੀ, ਸਟੱਡੀ ਵਰਕ ਐਂਡ ਸੈਟਲ, ਤਾਂ ਸੈਟਲ ਵਾਲੀ ਆਪਸ਼ਨ ਤੇ ਹਾਈ ਕਮਿਸ਼ਨ ਖੁਦ ਦੇ ਰਿਹਾ, ਤਾਂ ਵਾਈ ਨਾਟ ਕਿ ਉਹਨੂੰ ਤੁਸੀਂ ਕਹੋ, ਵੀਜ਼ਾ ਆਫੀਸਰ ਨੂੰ ਕੌਨਫੀਡੈਂਟਲੀ ਕਹੋ ਕਿ ਮੈਂ ਸੈਟਲ ਹੋਣਾ ਚਾਹ ਰਿਹਾ। ਲੇਕਿਨ ਠੀਕ ਹੈ, ਸੈਟਲ ਹੋਣ ਦਾ ਇੰਨਾ ਡੈਸਪਰੇਟ ਉਹ ਨਹੀਂ ਰਸਤਾ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਵੀ ਤਰੀਕੇ ਸੈਟਲ ਹੋ ਰਹੇ ਹੋ, ਤੁਸੀਂ ਲਾਅਰ ਸਕੂਲ ਜਾ ਕੇ ਜਾਂ ਕਿਸੇ ਵੀ ਤਰੀਕੇ, ਤੁਸੀਂ ਆਪਣਾ ਇੱਕ ਸਿੱਧਾ ਪਾਥਵੇ ਅਪਣਾਓ, ਸਟੱਡੀ ਵਰਕ ਐਂਡ ਦੈਨ ਸੈਟਲ। ਅਗਰ ਇਹ ਪਾਥਵੇ ਲੈ ਕੇ ਚੱਲਦੇ ਹੋ ਤਾਂ ਤੁਸੀਂ ਸੈਟਲ ਹੋ ਉੱਥੇ ਜੀ। ਐਡਵਰਟਾਈਜ਼ਰ ਵੱਲੋਂ ਕੀ ਸਲਾਹ ਦੇਣੀ ਚਾਹੋਗੇ ਜਿਹੜੇ ਬੱਚਿਆਂ ਨੇ ਅਗਲੇ ਇਨਟੇਕ ਦੀ, ਹੁਣ ਜੁਲਾਈ ਇਨਟੇਕ ਦੀ ਤਿਆਰੀਆਂ ਕਰਨੀਆਂ ਜਾਂ ਜਾਣਾ ਹੈਗਾ ਜਾਂ ਉਸ ਤੋਂ ਅਗਲੇ ਇਨਟੇਕਸ ਦੇ ਵਿੱਚ ਜਾਣਾ ਹੈਗਾ, ਜਾਂ ਸਪੈਸ਼ਲੀ ਜਿਨ੍ਹਾਂ ਦੇ ਫੰਡਾਂ ਕਰਕੇ ਰਿਜੈਕਸ਼ਨ ਆ ਗਈ, ਇੰਟਰਵਿਊ ਤੋਂ ਰਿਜੈਕਸ਼ਨ ਆ ਗਈ, ਐਡਵਰਟਾਈਜ਼ਰ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ? ਉਹੀ ਗੱਲ ਕਿ ਅਗਰ ਇੰਟਰਵਿਊ ਤੋਂ ਫੰਡ 'ਤੇ ਰਿਜੈਕਸ਼ਨ ਆਈ ਹੈ ਤਾਂ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ, ਇਹਦੇ 'ਚ ਕੋਈ ਇਸ਼ੂ ਨਹੀਂ ਹੈ ਕਿ ਤੁਸੀਂ ਨਹੀਂ ਕਰ ਸਕਦੇ। ਸਬਜੈਕਟ ਟੂ ਕਿ ਫੰਡ ਜਿਹੜੇ ਆ ਤੁਹਾਡੇ ਕੋਈ ਫਰੋਡ ਜਾਂ ਤੁਹਾਡਾ ਜਿਹੜਾ ਕਰੈਕਟਰ ਡਿਕਲਾਈਨ ਨਹੀਂ ਆਇਆ ਹੈ, ਅਤੇ ਅਗਰ ਫੰਡਸ ਵੈਰੀਫਾਈ ਨਹੀਂ ਹੋਏ ਜਾਂ ਕੁਛ ਹੈ ਉਹਦੇ ਉੱਤੇ ਤੁਸੀਂ ਦੁਬਾਰਾ, ਅਗਰ ਤੁਹਾਡੇ ਆਪਣੇ ਜੈਨੂਅਨ ਫੰਡ ਸੀ ਤਾਂ ਦੈਨ ਵੀ ਕੈਨ ਅਪਲਾਈ, ਉਹਦੇ 'ਚ ਕੋਈ ਇਸ਼ੂ ਨਹੀਂ ਹੈ। ਬਾਕੀ ਤੁਹਾਡਾ ਜੁਲਾਈ ਇਨਟੇਕ ਵਾਸਤੇ ਤਾਂ ਤਿਆਰੀ ਤੁਸੀਂ ਹੁਣ ਤੋਂ ਸ਼ੁਰੂ ਕਰੋ, ਬੈਸਟ ਟਾਈਮ ਹੈ, ਤੁਹਾਡਾ ਮਈ 'ਚ ਰਿਜ਼ਲਟ ਆਉਣਾ, ਰਿਜ਼ਲਟ ਦੇ ਨਾਲ ਨਾਲ ਹੁਣ ਤੁਸੀਂ ਤਿਆਰੀ ਕਰ ਦਿਓ ਸ਼ੁਰੂ। ਔਰ ਜਿਹੜੇ ਗ੍ਰੈਜੂਏਟ ਸਟੂਡੈਂਟ ਨੇ ਉਹ ਆਪਣੇ ਐਗਜ਼ਾਮਸ ਦੇ ਰਹੇ ਨੇ, ਐਗਜ਼ਾਮਸ ਦੇ ਬਾਅਦ ਉਹ ਵੀ ਲੱਗ ਜਾਣਾ ਇਸ, ਕਿਉਂਕਿ ਹੁਣ ਨਾਓ ਇਜ਼ ਅ ਟਾਈਮ, ਬਿਲਕੁਲ ਪਰਫੈਕਟ ਟਾਈਮ ਹੈ ਜੀ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਐਡੂ ਐਡਵਾਈਜ਼ਰ ਦਾ ਜਲੰਧਰ ਹੈੱਡ ਆਫਿਸ ਹੈ ਉੱਥੇ
ਅਸੈਸਮੈਂਟ ਦੋ ਤਿੰਨ ਕੰਸਲਟੈਂਟਸ ਤੋਂ ਕਰਾ ਕੇ ਫਿਰ ਅਪਲਾਈ ਕਰੋ, ਇਹ ਨਾ ਹੋਵੇ ਕਿ ਤੁਸੀਂ ਕਿਸੇ ਕੋਲ ਫਸ ਗਏ ਔਰ ਮਿੱਠੀਆਂ ਗੱਲਾਂ ਦੇ ਵਿੱਚ ਆ ਗਏ, ਤੁਹਾਨੂੰ ਸਬਜ਼ ਬਾਗ ਦਿਖਾ ਦਿੱਤਾ ਗਿਆ। ਹੁਣ ਕਿਸੇ ਵੀ ਦੇਸ਼ ਦੇ ਵਿੱਚ ਆਸਾਨੀ ਨਾਲ ਪੀਆਰ ਨਹੀਂ ਮਿਲਦੀ ਜਦੋਂ ਤੱਕ ਤੁਸੀਂ ਅੱਛਾ ਕੰਸਲਟੈਂਟਸ, ਅੱਛੀ ਗਾਈਡੈਂਸ ਜਿਹੜੀ ਹੈਗੀ ਨਹੀਂ ਲੈਂਦੇ। ਸੰਦੀਪ ਜੀ ਸਟੂਡੀਓ ਦੇ ਵਿੱਚ ਆਉਣ ਲਈ ਤੁਹਾਡਾ ਧੰਨਵਾਦ, ਔਰ ਦਰਸ਼ਕਾਂ ਦਾ ਵੀ ਸ਼ੁਕਰੀਆ। ਕੱਲ੍ਹ ਨੂੰ ਰਿਪੀਟ ਟੈਲੀਕਾਸਟ ਦੇ ਵਿੱਚ ਮਿਲਾਂਗੇ, ਤਦ ਤੱਕ ਲਈ ਆਪਣੇ ਦੋਸਤ ਰਣਵੀਰ ਸੰਧੂ ਨੂੰ ਅੱਗੇ ਦਾ ਧੰਨਵਾਦ।